ਕਰੋ ਜੇ ਦੂਸਰੋ ਹੋਵੇ, ਸ਼ੱਕ ਕਰੋ ਜੇ ਦੂਸਰੋ ਹੋਵੇ, ਅੱਲਾਹ ਪਾਕ ਹੈ, ਪਾਕ ਪਾਕ ਹੈ। ਇਸ ਮੁਸਲਮਾਨ ਵਿਅਕਤੀ ਦੇ ਮੂੰਹੋਂ ਗੁਰਬਾਣੀ ਸੁਣ ਕੇ ਉੱਥੇ ਖੜਾ ਹਰ ਇਨਸਾਨ ਮਾਣ ਮਹਿਸੂਸ ਕਰ ਰਿਹਾ ਅਤੇ ਕਰੇ ਵੀ ਕਿਉਂ ਨਾ, ਕਿਉਂਕਿ ਯੁਗੋ ਯੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੀ ਹੈ, ਇਹ ਉਸਦੀ ਇੱਕ ਜੀਂਦੀ ਜਾਗਦੀ ਮਿਸਾਲ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਇਹ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਇਹ ਤਸਵੀਰਾਂ ਸਿੰਗਾਪੁਰ ਸਥਿਤ ਗੁਰਦੁਆਰਾ ਸਾਹਿਬ ਦੀਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਇਹ ਮੁਸਲਮਾਨ ਅਕੀਦੇ ਨੂੰ ਮੰਨਣ ਵਾਲਾ ਵਿਅਕਤੀ ਬਾਣੀ ਦਾ ਮੁਰੀਦ ਹੀ ਨਹੀਂ, ਸਗੋਂ ਬਾਣੀ ਦਾ ਗਾਇਨ ਵੀ ਬੜੇ ਚੰਗੇ ਤਰੀਕੇ ਨਾਲ ਕਰ ਲੈਂਦਾ ਹੈ ਅਤੇ ਜਦੋਂ ਗੁਰਬਾਣੀ ਦਾ ਉਚਾਰਨ ਇਹ ਆਪਣੇ ਮੂੰਹੋਂ ਕਰਦਾ ਹੈ ਤਾਂ ਸਭ ਦਾ ਮਨ ਮੋਹ ਲੈਂਦਾ ਹੈ। ਅਤੇ ਸੋਸ਼ਲ ਮੀਡੀਆ 'ਤੇ ਇਹ ਵਾਇਰਲ ਵੀਡੀਓ ਵੀ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਹੀ ਦਿੰਦੀ ਹੋਈ ਨਜ਼ਰ ਆ ਰਹੀ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।